ਜ਼ਿਲ੍ਹਾ ਹੁਸ਼ਿਆਰਪੁਰ ਦੇ ਮਸ਼ਹੂਰ ਕਸਬੇ ਜੇਜੋ ਨੇੜਲੇ ਪਿੰਡ ਚੱਕਨਾਥਾਂ ਵਿਖੇ ਸ਼੍ਰੀ ਹਰੀ ਮੰਦਿਰ ਦੇਹਰੀ ਸਾਹਿਬ ਮਾਤਾ ਸਤੀ ਅਤੇ ਬੰਗਾ ਖਾਨਦਾਨ ਦਾ 34ਵਾਂ ਸਾਲਾਨਾ ਜੋੜ ਮੇਲਾ 2 ਜੂਨ ਨੂੰ ਬੜੀ ਹੀ ਸ਼ਰਧਾ ਸਦਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪਵਿੱਤਰ ਅਸਥਾਨ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਜ਼ਦੀਕ ਕੁਦਰਤ ਦੇ ਅਨੋਖੇ ਹਰਿਆਵਲ ਭਰੇ ਨਜ਼ਾਰੇ ਵਾਲਾ ਇਲਾਕਾ ਹੈ। ਪੁਰਾਤਨ ਦੰਦ ਕਥਾਵਾਂ ਅਤੇ ਬੰਗਾ ਗੋਤ ਦੇ ਬਜ਼ੁਰਗਾਂ ਦੇ ਕਹਿਣ ਅਨੁਸਾਰ ਬੰਗਾ ਖਾਨਦਾਨ ਦਾ ਮੂਲ ਵੰਸ਼ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਨਾਲ ਸੰਬੰਧਿਤ ਹੈ। ਪੰਜਾਬ ਤੋਂ ਸ਼ਰਧਾਲੂਆਂ ਨੇ ਚੰਬਾ ਵਿਖੇ ਜਠੇਰਿਆਂ ਦੇ ਪਵਿੱਤਰ ਸਥਾਨ ਤੇ ਸੇਵਾ ਕਰਦੀ ਮਾਤਾ ਜੀ ਨੂੰ ਬੇਨਤੀ ਕੀਤੀ ਤੇ ਮਾਤਾ ਜੀ ਖੁਦ ਸ਼ਰਧਾਲੂਆਂ ਨਾਲ ਚੰਬੇ ਤੋਂ ਚੱਲ ਲਿਆਈਆਂ ਇੱਟਾਂ ਦੀ ਉਸਾਰੀ ਨਾਲ ਪਿੰਡ ਚੱਕਨਾਥਾਂ ਵਿਖੇ ਪਵਿੱਤਰ ਸਥਾਨ ਸ਼ੁਰੂ ਕਰਵਾ ਪੰਜ ਭੌਤਿਕ ਸਰੀਰ ਵਿੱਚ ਲੀਨ ਹੋ ਗਏ ਤੇ ਮਾਤਾ ਜੀ ਦੀ ਯਾਦ ਵਿੱਚ ਪਵਿੱਤਰ ਸਥਾਨ ਦਾ ਨਾਂ ਬੰਗਾ ਦੇਹਰੀ ਮਾਤਾ ਸਤੀ ਰੱਖਿਆ ਗਿਆ। ਬੰਗਾ ਖਾਨਦਾਨ ਦੀਆਂ ਗੌਰਵਮਈ ਰਵਾਇਤਾਂ ਅਨੁਸਾਰ ਵਿਆਹ ਸ਼ਾਦੀਆਂ, ਨਵਜੰਮੇ ਬੱਚੇ, ਨਵੇਂ ਦੁਧਾਰੂ ਪਸ਼ੂਆਂ ਦੇ ਲਵੇਰੇ ਤੇ ਹੋਰ ਖੁਸ਼ੀਆਂ ਮਨਾਉਣ ਤੇ ਸੁੱਖਾਂ ਲਾਉਣ ਲਈ ਬੰਗਾ ਗੋਤ ਦੇ ਸਮੂਹ ਪਰਿਵਾਰ ਇਹਨਾਂ ਜਠੇਰਿਆਂ ਦੀ ਜਗ੍ਹਾ ਤੇ ਸਮੇਂ-ਸਮੇਂ ਤੇ ਆ ਨਤਮਸਤਕ ਹੁੰਦੇ ਨੇ। ਪਰ ਅਚੇਚੇ ਤੌਰ ਤੇ ਸਾਲਾਨਾ ਜੋੜ ਮੇਲੇ ਦਾ ਜਲਾਓ ਅਤੇ ਵਿਸ਼ਾਲ ਦਾਰਾ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਪੁੱਜੇ ਬੰਗਾ ਖਾਨਦਾਨ ਲਈ ਇੱਕ ਤਿਉਹਾਰ ਵਜੋਂ ਹੈ, ਉੱਥੇ ਪੰਜਾਬ ਅਤੇ ਇਲਾਕੇ ਭਰ ਦੇ ਲੋਕਾਂ ਲਈ ਸ਼ੋਭਨਿਕ ਮੇਲਾ ਵੀ ਹੈ। ਖੁੱਲ੍ਹੇ ਪੰਡਾਲ ਵਿੱਚ ਰਾਗੀ, ਢਾਡੀ, ਕਥਾਵਾਚਕ ਪ੍ਰਚਾਰਕ ਅਤੇ ਗਾਇਕ ਕਲਾਕਾਰਾਂ ਨੇ ਸੰਗਤਾਂ ਨੂੰ ਬੰਗਾ ਖਾਨਦਾਨ ਦੀ ਭਰਪੂਰ ਜਾਣਕਾਰੀ ਸਮੇਤ ਗੁਰਬਾਣੀ ਨਾਲ ਜੋੜਿਆ। ਹਰ ਸਾਲ ਦੀ ਤਰ੍ਹਾਂ ਸੰਗਤਾਂ ਲਈ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਸ਼੍ਰੀ ਜੈਰਾਮ ਬੰਗਾ, ਰਿਟਾਇਰਡ ਜੱਜ, SHO ਭਾਗਮਲ ਬੰਗਾ, ਪ੍ਰਵੀਨ ਬੰਗਾ, ਡਾਕਟਰ ਹਰੀਸ਼ ਬੰਗਾ, ਦਵਿੰਦਰ ਬੰਗਾ UK, ਬੈਂਕ ਮੈਨੇਜਰ ਹਰਮੇਸ਼ ਬੰਗਾ, ਇੰਜੀਨੀਅਰ ਨਰਿੰਦਰ ਬੰਗਾ ਦੂਰਦਰਸ਼ਨ, ਪੱਤਰਕਾਰ ਦੇਸਰਾਜ ਬੰਗਾ, ਪੱਤਰਕਾਰ ਅਵਤਾਰ ਚੰਦ ਬੰਗਾ, DG ਕੇਬਲ ਤੋਂ ਵਿਜੇਪਾਲ ਤੇਜੀ, ਜਗਦੀਸ਼ ਬੰਗਾ, ਬੈਂਕ ਅਫਸਰ ਸ਼ੀਤਲ ਬੰਗਾ, ਲੈਂਬਰ ਰਾਮ ਬੰਗਾ ਸਮੇਤ ਸੰਬੰਧਿਤ ਕਈ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਾਜ਼ਰੀ ਭਰੀ। ਕਮੇਟੀ ਦੇ ਚੇਅਰਮੈਨ ਚਰਨਦਾਸ ਬੰਗਾ, ਪ੍ਰਧਾਨ ਸ਼ਿਵਰਾਮ ਬੰਗਾ, ਐਕਟਿੰਗ ਪ੍ਰਧਾਨ ਹਰਮੇਸ਼ ਬੰਗਾ, ਉਪ ਪ੍ਰਧਾਨ ਦਾਸਰਾਜ ਬੰਗਾ, ਸਕੱਤਰ ਸੁਰਿੰਦਰ ਬੰਗਾ, ਕੈਸ਼ੀਅਰ ਸੁਰਿੰਦਰ ਪੱਪੀ ਤੇ ਲਸ਼ਕੀ ਰਾਮ ਘੁੰਮਣ, ਗੁਰਬਚਨ ਸਿੰਘ ਬੰਗਾ, ਮਲਕੀਤ ਰਾਮ ਬੰਗਾ ਖੋਥਣਾ, ਜਰਨੈਲ ਸਿੰਘ ਬੰਗਾ, ਦਿਲਵਾਗ ਸਿੰਘ ਦਾਦੂਆ, ਨਿਰਮਲ ਸਿੰਘ ਮਾਂਗੜ, ਚੈਨ ਰਾਮ ਬੰਗਾ, ਰਾਮ ਮਾਸਰਾ ਬੰਗਾ ਤੇ ਨਿਰਮਲ ਬੰਗਾ ਦਾ ਭਰਪੂਰ ਯੋਗਦਾਨ ਰਿਹਾ। ਬੰਗਾ ਖਾਨਦਾਨ ਦੀ ਮਾਣਮਤੀ ਮਰਿਆਦਾ ਨਾਰੀ ਜਾਤੀ ਦੇ ਸਨਮਾਨ ਵਜੋਂ ਕੰਜਕਾਂ ਦੀ ਪੂਜਾ ਅਰਚਨਾ ਤੋਂ ਬਾਅਦ ਲੰਗਰ ਦੀ ਸ਼ੁਰੂਆਤ ਕੀਤੀ ਗਈ। ਮੇਲੇ ਸਮੁੱਚੇ ਰੂਪ ਵਿੱਚ ਆਪਸੀ ਮਿਲਵਰਤਨ, ਭਾਈਚਾਰਕ ਸਾਂਝ, ਪ੍ਰੇਮ, ਪਿਆਰ ਅਤੇ ਸਦਭਾਵਨਾ ਪੈਦਾ ਕਰਦੇ ਨੇ।